ਸਨ 2022 ਵਿੱਚ ਖਾਲਸਾ ਏਡ ਵੱਲੋਂ 442 ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਸਹਾਇਤਾ ਕੀਤੀ ਗਈ। ਇਹ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਤੋਂ ਅਸਮਰੱਥ ਸਨ। ਇਹਨਾਂ ਵਿੱਚੋਂ ਜ਼ਿਆਦਾ ਪਰਿਵਾਰ ਪਿੰਡਾਂ ਦੇ ਖੇਤਰ ਨਾਲ ਸੰਬੰਧਿਤ ਹਨ, ਜਿਨ੍ਹਾਂ ਦੀ ਔਸਤਨ ਮਹੀਨੇ ਦੀ ਆਮਦਨ 5 ਤੋਂ 9 ਹਜ਼ਾਰ ਤੱਕ ਹੁੰਦੀ ਹੈ। ਕਈ ਪਰਿਵਾਰ ਆਪਣੇ ਰੋਜ਼ਾਨਾ ਖਰਚਿਆਂ ਤੋਂ ਇਲਾਵਾ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਨਾ ਕਰਵਾ ਸਕਣ ਕਾਰਨ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਕੰਮਕਾਰ ਕਰਨ ਲਗਾ ਦਿੰਦੇ ਹਨ, ਜਿਸ ਕਾਰਨ ਉਹਨਾਂ ਦਾ ਭਵਿੱਖ ਚੰਗਾ ਨਹੀਂ ਬਣ ਸਕਦਾ। ਖਾਲਸਾ ਏਡ ਇਹ ਸੇਵਾ ਨਿਭਾ ਕੇ ਬੱਚਿਆਂ ਦਾ ਭਵਿੱਖ ਸੋਹਣਾ ਬਣਾਉਣ ਵਿੱਚ ਜੋ ਯੋਗਦਾਨ ਪਾ ਰਿਹਾ ਹੈ, ਉਸ ਵਿੱਚ ਸੰਗਤ ਦਾ ਵੱਡਾ ਸਹਿਯੋਗ ਹੈ। ਆਉਣ ਵਾਲੇ ਸਮੇਂ ਵਿੱਚ ਵੀ ਖਾਲਸਾ ਏਡ ਵੱਲੋਂ ਇਸੇ ਤਰ੍ਹਾਂ ਦੇ ਹੋਰ ਲੋੜਵੰਦ ਪਰਿਵਾਰਾਂ ਦਾ ਸਹਿਯੋਗ ਕੀਤਾ ਜਾਵੇਗਾ। ਖਾਲਸਾ ਏਡ ਵੱਲੋਂ ਇੱਕ ਸਕੂਲ ਜਿਸ ਦਾ ਨਾਮ ਦਸ਼ਮੇਸ਼ ਪਬਲਿਕ ਸਕੂਲ ਹੈ, ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਵਿਖੇ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਲਗਭਗ 536 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਖਾਲਸਾ ਏਡ ਵੱਲੋਂ 60 ਦੇ ਕਰੀਬ ਟਿਊਸ਼ਨ ਸੈਂਟਰ ਵੀ ਚਲਾਏ ਜਾ ਰਹੇ ਹਨ। ਇਹਨਾਂ ਵਿੱਚ ਲਗਭਗ 2800 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਨ 2022 ਵਿੱਚ ਖਾਲਸਾ ਏਡ ਵੱਲੋਂ 573 ਪਰਿਵਾਰਾਂ ਦਾ ਇਲਾਜ ਕਰਵਾਇਆ ਗਿਆ। ਇਹ ਪਰਿਵਾਰ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਇਸ ਵਿੱਚ 90% ਕੇਸ ਪੰਜਾਬ ਅਤੇ 10% ਕੇਸ ਪੰਜਾਬ ਤੋਂ ਬਾਹਰੀ ਰਾਜਾਂ ਦੇ ਹਨ, ਜਿਸ ਵਿੱਚ ਕਿਡਨੀ ਟ੍ਰਾਂਸਪਲਾਂਟ ਤੋਂ ਲੈ ਕੇ ਦਿਲ ਦੇ ਮਰੀਜ਼ ਅਤੇ ਕੈਂਸਰ ਦੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਵਾਇਆ ਗਿਆ। ਹਸਪਤਾਲਾਂ ਵਿੱਚ ਕੀਮੋਥੈਰੇਪੀ ਅਤੇ ਆਪਰੇਸ਼ਨਾਂ ਦੇ ਮਹਿੰਗੇ ਖਰਚੇ ਵੀ ਚੁੱਕੇ ਗਏ। ਇਹ ਉਹ ਪਰਿਵਾਰ ਹਨ ਜੋ ਇਲਾਜ ਤੋਂ ਬਾਅਦ ਆਪਣਾ ਦਵਾਈਆਂ ਦਾ ਖਰਚਾ ਵੀ ਨਹੀਂ ਚੁੱਕ ਸਕਦੇ। ਖਾਲਸਾ ਏਡ ਵੱਲੋਂ ਇਹਨਾਂ ਨੂੰ ਇਲਾਜ ਦੇ ਨਾਲ ਨਾਲ ਦਵਾਈਆਂ ਦਾ ਮੁਹੱਈਆ ਵੀ ਕਰਵਾਇਆ ਗਿਆ। ਖਾਲਸਾ ਏਡ ਵੱਲੋਂ ਰੋਜ਼ਾਨਾ ਔਸਤਨ 2 ਤੋਂ 3 ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਸਨ 2022 ਵਿੱਚ ਖਾਲਸਾ ਏਡ ਵੱਲੋਂ 38 ਲੋੜਵੰਦ ਪਰਿਵਾਰਾਂ ਦੇ ਘਰ ਬਣਾਉਣ ਵਿੱਚ ਸਹਾਇਤਾ ਕੀਤੀ ਗਈ। ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਅਤੇ ਉਹ ਆਪਣਾ ਘਰ ਬਣਾਉਣ ਤੋਂ ਅਸਮਰੱਥ ਹਨ। ਇਸ ਸਾਲ ਵਿੱਚ 11 ਘਰ ਬਣਾਏ ਗਏ ਅਤੇ 27 ਘਰਾਂ ਦਾ ਕੰਮ ਹੁਣ ਵੀ ਚੱਲ ਰਿਹਾ ਹੈ। ਖਾਲਸਾ ਏਡ ਵੱਲੋਂ ਜੋ ਸਹਾਇਤਾ ਦਿੱਤੀ ਜਾ ਰਹੀ ਹੈ, ਉਸ ਵਿੱਚ ਸੰਗਤਾਂ ਦਾ ਵੱਡਾ ਯੋਗਦਾਨ ਹੈ। ਖਾਲਸਾ ਏਡ ਵੱਲੋਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਆਉਣ ਵਾਲੇ ਸਮੇਂ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ। ਸਨ 2022 ਵਿੱਚ ਖਾਲਸਾ ਏਡ ਵੱਲੋਂ 269 ਪਰਿਵਾਰਾਂ ਦੇ ਭਲਾਈ ਦੇ ਨਿੱਜੀ ਕਾਰਜਾਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਗਈ। ਇਹ ਉਹ ਪਰਿਵਾਰ ਹਨ ਜਿਨ੍ਹਾਂ ਦਾ ਕਿਸੇ ਕਾਰਨ ਤੋਂ ਵਪਾਰ ਅਤੇ ਰੋਜ਼ਗਾਰ ਵਿੱਚ ਘਾਟਾ ਪੈ ਜਾਣ ਕਾਰਨ ਉਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ। ਇਹਨਾਂ ਵਿੱਚੋਂ ਕੁਝ ਪਰਿਵਾਰਾਂ ਨੂੰ ਰਾਸ਼ਨ ਦੀ ਵੀ ਸਹਾਇਤਾ ਦਿੱਤੀ ਗਈ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਦਾ ਕਮਾਈ ਦਾ ਸਾਧਨ ਨਹੀਂ ਸੀ। 1984 ਦੇ ਦੌਰ ਵਿੱਚ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਹੀਨੇਵਾਰੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਹਨਾਂ ਪਰਿਵਾਰਾਂ ਨੂੰ ਖਾਸ ਤੌਰ 'ਤੇ ਮੈਡੀਕਲ, ਪੜ੍ਹਾਈ, ਰੁਜ਼ਗਾਰ ਅਤੇ ਘਰ ਨਾਲ ਸੰਬੰਧਿਤ ਸਹਾਇਤਾ ਤਰਜੀਹ ਦਿੱਤੀ ਜਾਂਦੀ ਹੈ। ਖਾਲਸਾ ਏਡ ਵੱਲੋਂ ਸੰਬੰਧਿਤ ਹੋਰ NGO ਨੂੰ ਵੀ ਸਮਰਥਨ ਦਿੱਤਾ ਜਾਂਦਾ ਹੈ। ਇਹਨਾਂ ਸਾਰੀਆਂ ਸੇਵਾਵਾਂ ਵਿੱਚ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ। ਸਨ 2022 ਵਿੱਚ ਜਾਨਵਰਾਂ ਵਿੱਚ ਲੰਪੀ ਸਕਿਨ ਡਿਜ਼ੀਜ਼ ਦੇਖਣ ਨੂੰ ਆਈ, ਜਿਸ ਕਾਰਨ ਬਹੁਤ ਸਾਰੇ ਜਾਨਵਰ ਮਰ ਰਹੇ ਸਨ। ਖਾਲਸਾ ਏਡ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿੱਚ 200 ਤੋਂ ਵੱਧ, ਗੁਰਦਾਸਪੁਰ ਵਿੱਚ 600 ਤੋਂ ਵੱਧ, ਬਟਾਲੇ ਵਿੱਚ 800 ਤੋਂ ਵੱਧ ਅਤੇ ਜਲੰਧਰ ਵਿੱਚ 2000 ਤੋਂ ਵੱਧ ਜਾਨਵਰਾਂ ਦਾ ਇਲਾਜ ਕਰਵਾਇਆ ਗਿਆ। ਸਨ 2022 ਵਿੱਚ ਅਸਾਮ ਵਿੱਚ ਭਿਆਨਕ ਹੜ੍ਹ ਆਉਣ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ, ਜਿਸ ਕਾਰਨ ਲੋਕ ਘਰ ਤੋਂ ਬੇਘਰ ਹੋ ਗਏ ਅਤੇ ਉਹਨਾਂ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ। ਇਸ ਤਰ੍ਹਾਂ ਦੀ ਹਾਲਤ ਵਿੱਚ ਖਾਲਸਾ ਏਡ ਉਹ ਪਹਿਲੀ ਸੰਸਥਾ ਵਜੋਂ ਉੱਤਰ ਕੇ ਸਾਹਮਣੇ ਆਈ, ਜਿਸ ਨੇ ਇਨਸਾਨੀਅਤ ਦੀ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਖਾਲਸਾ ਏਡ ਵੱਲੋਂ ਇੱਕ ਹਫ਼ਤੇ ਵਿੱਚ ਹਰੇਕ ਦਿਨ 2500 ਲੋਕਾਂ ਨੂੰ ਭੋਜਨ ਖਵਾਇਆ ਗਿਆ
10 ਦਿਨਾਂ ਦੇ ਵਿੱਚ 41,000 ਪੀਣ ਵਾਲੀ ਪਾਣੀ ਦੀਆਂ ਬੋਤਲਾਂ, ਦੁੱਧ ਅਤੇ ਖਾਣੇ ਦੇ ਬੰਦ ਪੈਕਟ ਵੰਡੇ ਗਏ। ਖਾਲਸਾ ਏਡ ਵੱਲੋਂ 2200 ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਸੈਨੀਟਾਈਜ਼ਰ ਅਤੇ ਸਵੱਛਤਾ ਦੇ ਹੋਰ ਸਾਧਨ ਵੀ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਪੜ੍ਹਾਈ ਦੇ ਖੇਤਰ ਨਾਲ ਸੰਬੰਧਿਤ 2000 ਸਟੇਸ਼ਨਰੀ ਵੀ ਮੁਹੱਈਆ ਕਰਵਾਈ ਗਈ। ਸਨ 2022 ਵਿੱਚ ਖਾਲਸਾ ਏਡ ਵੱਲੋਂ ਡੀ ਵਾਟਰਿੰਗ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ। ਪੰਜਾਬ ਵਿੱਚ ਜੂਨ ਅਤੇ ਜੁਲਾਈ ਵਿੱਚ ਬਹੁਤ ਭਾਰੀ ਬਰਸਾਤ ਹੋਣ ਕਾਰਨ 8,000 ਤੋਂ ਵੱਧ ਖੇਤਾਂ ਵਿੱਚ ਪਾਣੀ ਇਕੱਠਾ ਹੋ ਗਿਆ ਅਤੇ ਬਹੁਤ ਭਾਰੀ ਨੁਕਸਾਨ ਹੋਇਆ। ਸਭ ਤੋਂ ਵੱਧ ਨੁਕਸਾਨ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਇਆ। ਉੱਥੇ ਖਾਲਸਾ ਏਡ ਵੱਲੋਂ 10 ਮਸ਼ੀਨਾਂ ਖੜ੍ਹੇ ਹੋਏ ਪਾਣੀ ਨੂੰ ਕੱਢਣ ਲਈ ਲਗਵਾਈਆਂ ਗਈਆਂ। 1,000 ਤੋਂ ਵੱਧ ਏਕੜ ਦੀ ਜ਼ਮੀਨ ਤੋਂ 2 ਮਹੀਨਿਆਂ ਵਿੱਚ ਪਾਣੀ ਕੱਢਿਆ ਗਿਆ। ਖੜ੍ਹੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਦੀ ਬਿਮਾਰੀ ਦੇ ਬਚਾਓ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈ ਦੇ ਛਿੜਕਾਓ ਦਾ ਵੀ ਪ੍ਰਬੰਧ ਕੀਤਾ ਗਿਆ। 2,00,000 ਲੀਟਰ ਤੋਂ ਵੱਧ ਸਾਫ਼ ਪਾਣੀ 2 ਮਹੀਨਿਆਂ ਵਿੱਚ ਮੁਹੱਈਆ ਕਰਵਾਇਆ ਗਿਆ। 500 ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਅਤੇ 8,000 ਖੇਤੀ ਕਰਨ ਵਾਲਿਆਂ ਨੂੰ ਖਾਦਾਂ ਦੀ ਸਹੂਲਤ ਵੀ ਦਿੱਤੀ ਗਈ। 10 ਦਸੰਬਰ 2022 ਪ੍ਰਸ਼ਾਸਨ ਵੱਲੋਂ ਜਲੰਧਰ ਦੇ ਲਤੀਫਪੁਰਾ ਇਲਾਕੇ ਵਿੱਚ ਕੁਝ ਘਰ ਢਹਿ ਢੇਰੀ ਕਰ ਦਿੱਤੇ ਗਏ, ਜਿਸ ਕਾਰਨ ਲੋਕ ਸੜਕ 'ਤੇ ਰਹਿਣ ਲਈ ਮਜਬੂਰ ਸਨ। ਖਾਲਸਾ ਏਡ ਵੱਲੋਂ ਉਸ ਥਾਂ ਦਾ ਨਿਰੀਖਣ ਕੀਤਾ ਗਿਆ। ਲੋਕਾਂ ਦੀ ਲੋੜ ਅਤੇ ਮੌਸਮ ਦੇ ਪ੍ਰਭਾਵ ਨੂੰ ਵੇਖਦੇ ਹੋਇਆਂ ਖਾਲਸਾ ਏਡ ਵੱਲੋਂ ਰਹਿਣ ਲਈ ਤੰਬੂ ਲਗਾਏ ਗਏ ਅਤੇ ਲੰਗਰ ਵੀ ਲਗਾਏ ਗਏ, ਜੋ ਹੁਣ ਤੱਕ ਵੀ ਚੱਲ ਰਹੇ ਹਨ। ਸਮੇਂ ਸਮੇਂ ਅਨੁਸਾਰ ਲੋਕਾਂ ਨੂੰ ਲੋੜੀਂਦੀਆਂ ਵਸਤੂਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਇਹ ਸਭ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀਆਂ ਹਨ। ਸੰਗਤਾਂ ਦੇ ਇਸ ਸਹਿਯੋਗ ਲਈ ਧੰਨਵਾਦ।